ਅੱਜ ਅਸੀਂ ਬਣਾ ਰਹੇ ਹਾਂ ਪੋਹਾ। ਪੋਹਾ ਕਿਵੇਂ ਬਣਾਈਦਾ ਤੁਹਾਨੂੰ ਘਰ ਵਿੱਚ ਦੱਸਾਂਗੇ। ਵੀਡੀਓ ਬਣਾ ਕੇ ਮੂੰਗਫਲੀ ਭੁੰਨਣ ਦਾ, ਕੱਚੀ ਮੂੰਗਫਲੀ ਲੈ ਲਓ ਮਿਲ ਜਾਂਦੀ ਜਿਸ ਤਰ੍ਹਾਂ। ਗਾਜਰਾਂ, ਪਿਆਜ, ਟਮਾਟਰ, ਹਰੇ ਮਟਰ, ਸ਼ਿਮਲਾ ਮਿਰਚਾਂ, ਤਾਂ ਜੀਰਾ ਅਨੁਸਾਰ ਜਿੰਨੀ ਵੀ ਲੋੜ ਹੋਵੇ। ਆਹ ਕੀ ਚੀਜ਼ ਨਾਲ ਰਾਈ ਸਰੋਂ ਥੋੜ੍ਹੀ ਜਿਹੀ। ਅੱਛਾ, ਇਹ ਰਾਈ ਸਰੋਂ ਪਹਿਲਾਂ ਸੱਠ ਲੈਣੀ ਵਿੱਚ, ਅਤੇ ਜੀਰਾ ਹੈ। ਪੋਹਾ ਕੱਚਾ ਜਿਸ ਤਰ੍ਹਾਂ ਹੈ, ਫਿਰ ਇਹਨੂੰ ਕੀ ਕਰਨਾ ਪਾਣੀ ਦੇ ਵਿੱਚ? ਹਾਂ, ਦੋ ਤਿੰਨ ਵਾਰੀ ਧੋ ਕੇ ਵੱਖ ਰੱਖ ਦੇਣੀ। ਅੱਛਾ, ਇਹਦੇ ਨਾਲ ਹੀ ਉਹ ਗਲ ਜਾਏਗਾ ਥੋੜ੍ਹਾ ਜਿਹਾ ਠੰਡੇ ਪਾਣੀ ਨਾਲ। ਇਹਨੂੰ 15 ਮਿੰਟ ਹੋ ਗਏ ਨੇ ਚੱਲਦੇ ਨੂੰ, ਵੀ ਚੰਗੇ ਤਰੀਕੇ ਨਾਲ ਗਲ ਜਾਵੇ। ਨਮਕ ਪਾ ਦਿੱਤਾ ਫਿਰ ਤੈਨੂੰ? ਹਾਂ, ਜਿੰਨੀ ਲੋੜ ਹੈ ਉਹ ਹਿਸਾਬ। ਪਾਣੀ ਨਾਲ ਚੰਗੇ ਤਰੀਕੇ ਨਾਲ ਗਲ ਵੀ ਜਾਂਦਾ ਨਾ ਥੋੜ੍ਹਾ। ਪੋਹਾ ਚੋਲਾਂ ਦਾ ਬਣਦਾ ਹੈ ਨਾ। ਹੋ ਗਿਆ ਤਿਆਰ ਹੈ। ਬਹੁਤ ਸਵਾਦੀ ਬਣਿਆ।
ਖਾਣਾ ਖਾਣਾ ਉਹ ਤੇਰੇ ਨੂੰ ਫੜ ਕੇ ਫੜ ਸਵਾਦੀ ਲੱਗਾ ਸਵਾਦੀ ਲੱਗਾ ਸੁਖਮਨੀ ਸਵਾਦੀ ਲੱਗਾ ਸਵਾਦੀ ਸਵਾਦੀ ਲੱਗਾ।